ਕੱਲ ਪੂਰੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਹੋ ਗਿਆ। ਇਸ ਵੇਲੇ ਦੀ ਵੱਡੀ ਖਬਰ ਹੈ, ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਤੱਕ ਇਹ ਖਬਰ ਪਹੁੰਚਾਓ, ਕਿਉਂਕਿ ਬੇਹੱਦ ਜ਼ਰੂਰੀ ਖਬਰ ਹੈ। ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਸਕੂਲ ਤਾਂ ਚਲੋ ਪਹਿਲਾਂ ਤੋਂ ਹੀ ਜੂਨ ਜੁਲਾਈ ਦੀ ਛੁੱਟੀਆਂ ਕਰਕੇ ਬੰਦ ਨੇ, ਪਰ ਜਿਹੜੇ ਸਰਕਾਰੀ ਅਦਾਰੇ ਨੇ ਜਿਵੇਂ ਕਿ ਤਹਿਸੀਲਦਾਰ ਦਾ ਆਫਿਸ, ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਗਰਮੀ 'ਚ ਸਰਕਾਰ ਦੇ ਵੱਲੋਂ ਇਹ ਰਾਹਤ ਤਾਂ ਦਿੱਤੀ ਗਈ ਹੈ, ਪਰ ਤੁਹਾਨੂੰ ਅਸਲੀ ਕਾਰਨ ਦੱਸਦੇ ਹਾਂ ਕਿ ਕੱਲ੍ਹ ਛੁੱਟੀ ਕਿਉਂ ਕੀਤੀ ਗਈ। 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕੱਲ੍ਹ ਸ਼ਹੀਦੀ ਦਿਹਾੜਾ ਹੈ, ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ਵਿਖੇ ਤਾਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਹੈ, ਅਤੇ ਹੁਣ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹੈ ਛੁੱਟੀ। ਸਾਰੇ ਸਰਕਾਰੀ ਅਦਾਰੇ ਅਤੇ ਸਾਰੀਆਂ ਥਾਵਾਂ ਬੰਦ ਰਹਿਣਗੀਆਂ। ਪੂਰੇ ਪੰਜਾਬ ਭਰ ਦੇ ਵਿੱਚ ਕੱਲ੍ਹ ਛੁੱਟੀ ਹੋਵੇਗੀ। ਤਾਂ ਸਰਕਾਰ ਦੇ ਵੱਲੋਂ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਬਲਿਕ ਛੁੱਟੀ ਜਿਸ ਨੂੰ ਅਸੀਂ ਕਹਿੰਦੇ ਹਾਂ, ਘੋਸ਼ਿਤ ਕਰ ਦਿੱਤੀ ਗਈ ਹੈ 10 ਜੂਨ 2024 ਦਿਨ ਸੋਮਵਾਰ ਨੂੰ। ਗਜ਼ਟਡ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਵਿੱਚ ਇਹ ਸਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚੇ। ਤਾਂ ਜਿਹੜੇ ਲੋਕ ਕੱਲ੍ਹ ਕੋਈ ਪਲੈਨ ਬਣਾ ਰਹੇ ਨੇ ਕਿਤੇ ਕੰਮ ਕਰਵਾਉਣ ਦਾ, ਬੈਂਕ ਜਾਣ ਦਾ, ਤਾਂ ਉਹ ਆਪਣਾ ਪਲੈਨ ਕੈਂਸਲ ਕਰ ਦੇਣ, ਕਿਉਂਕਿ ਬੇਹੱਦ ਜ਼ਰੂਰੀ ਹੈ। ਸਿਰਫ ਕੰਮ ਲਈ ਹੀ ਬਾਹਰ ਨਿਕਲੋ, ਕੰਮ ਤੋਂ ਬਗੈਰ ਘਰੋਂ ਬਾਹਰ ਨਾ ਨਿਕਲੋ। ਗਰਮੀ ਬਹੁਤ ਪੈ ਰਹੀ ਹੈ, ਇਸੇ ਨੂੰ ਦੇਖਦੇ ਹੋਏ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਆਪਣਾ ਜਿਹੜਾ ਪਲੈਨ ਹੈ ਉਹ ਪੋਸਟਪੋਨ ਕਰ ਦੇਣ। ਕੱਲ੍ਹ ਪੂਰੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਹੋ ਗਿਆ। ਇਸ ਵੇਲੇ ਦੀ ਵੱਡੀ ਖਬਰ ਹੈ, ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਤੱਕ ਇਹ ਖਬਰ ਪਹੁੰਚਾਓ, ਕਿਉਂਕਿ ਬੇਹੱਦ ਜ਼ਰੂਰੀ ਖਬਰ ਹੈ। ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਸਕੂਲ ਤਾਂ ਚਲੋ ਪਹਿਲਾਂ ਤੋਂ ਹੀ ਜੂਨ ਜੁਲਾਈ ਦੀ ਛੁੱਟੀਆਂ ਕਰਕੇ ਬੰਦ ਨੇ, ਪਰ ਜਿਹੜੇ ਸਰਕਾਰੀ ਅਦਾਰੇ ਨੇ ਜਿਵੇਂ ਕਿ ਤਹਿਸੀਲਦਾਰ ਦਾ ਆਫਿਸ, ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਗਰਮੀ 'ਚ ਸਰਕਾਰ ਦੇ ਵੱਲੋਂ ਇਹ ਰਾਹਤ ਤਾਂ ਦਿੱਤੀ ਗਈ ਹੈ, ਪਰ ਤੁਹਾਨੂੰ ਅਸਲੀ ਕਾਰਨ ਦੱਸਦੇ ਹਾਂ ਕਿ ਕੱਲ੍ਹ ਛੁੱਟੀ ਕਿਉਂ ਕੀਤੀ ਗਈ। 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕੱਲ੍ਹ ਸ਼ਹੀਦੀ ਦਿਹਾੜਾ ਹੈ, ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ਵਿਖੇ ਤਾਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਹੈ, ਅਤੇ ਹੁਣ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਹੈ ਛੁੱਟੀ। ਸਾਰੇ ਸਰਕਾਰੀ ਅਦਾਰੇ ਅਤੇ ਸਾਰੀਆਂ ਥਾਵਾਂ ਬੰਦ ਰਹਿਣਗੀਆਂ। ਪੂਰੇ ਪੰਜਾਬ ਭਰ ਦੇ ਵਿੱਚ ਕੱਲ੍ਹ ਛੁੱਟੀ ਹੋਵੇਗੀ। ਤਾਂ ਸਰਕਾਰ ਦੇ ਵੱਲੋਂ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਬਲਿਕ ਛੁੱਟੀ ਜਿਸ ਨੂੰ ਅਸੀਂ ਕਹਿੰਦੇ ਹਾਂ, ਘੋਸ਼ਿਤ ਕਰ ਦਿੱਤੀ ਗਈ ਹੈ 10 ਜੂਨ 2024 ਦਿਨ ਸੋਮਵਾਰ ਨੂੰ। ਗਜ਼ਟਡ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਵਿੱਚ ਇਹ ਸਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚੇ। ਤਾਂ ਜਿਹੜੇ ਲੋਕ ਕੱਲ੍ਹ ਕੋਈ ਪਲੈਨ ਬਣਾ ਰਹੇ ਨੇ ਕਿਤੇ ਕੰਮ ਕਰਵਾਉਣ ਦਾ, ਬੈਂਕ ਜਾਣ ਦਾ, ਤਾਂ ਉਹ ਆਪਣਾ ਪਲੈਨ ਕੈਂਸਲ ਕਰ ਦੇਣ, ਕਿਉਂਕਿ ਬੇਹੱਦ ਜ਼ਰੂਰੀ ਹੈ। ਸਿਰਫ ਕੰਮ ਲਈ ਹੀ ਬਾਹਰ ਨਿਕਲੋ, ਕੰਮ ਤੋਂ ਬਗੈਰ ਘਰੋਂ ਬਾਹਰ ਨਾ ਨਿਕਲੋ। ਗਰਮੀ ਬਹੁਤ ਪੈ ਰਹੀ ਹੈ, ਇਸੇ ਨੂੰ ਦੇਖਦੇ ਹੋਏ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਆਪਣਾ ਜਿਹੜਾ ਪਲੈਨ ਹੈ ਉਹ ਪੋਸਟਪੋਨ ਕਰ ਦੇਣ।